फिल्म मसंद कुछ ही दिनों दे विच रिलीज़ होने वाली है, पर उसनू लैके पहला तो ही सियासी गलियारा काफ़ी चर्चावां दे विच है, क्योंकि देखा जा रहा है कि इस दे विच जो करैक्टर दिखाए गए ने उसनू लैके हाई कोर्ट का दरवाजा भी खड़काया गया है। साडे नाल इस केस दे विच जो पटिशनर दे वकील ने गौरव जी वह भी मौजूद ने, ते नाल ही नाल जिहड़े पटिशनर ने बाबा रणजीत सिंह पूला जी वह भी मौजूद ने। दोवां तों जाणांगे कि आखिर इस मूवी नू लैके सब तो पहला हाई कोर्ट क्यों आना पिया। बाबा जी थोड़े तो जानना चाहवांगे कि अजे की लग्या तुहानू इस फिल्म दे विच कि तुसी हाई कोर्ट दा दरवाजा खड़काया। वाहिगुरु जी का खालसा, वाहिगुरु जी की फतेह। भैन जी, असल च साढ़े सारा साढ़े पहरावे नू वड्डे लैवल दे उत्ते टारगेट किया गया, साढ़े धर्म नू इहदे च टारगेट किया गया जी। साढ़े जिहड़े जथेदार सी सिंह साहिब जथेदार बाबा अजीत सिंह पूला जी, उन्हां दी डैथ तो बाद च और साड़ी सारी जथेबंदी की हत्या करन दी इहदे च कोशिश की गई। क्यों की गई आ? साढ़े जथेदार साहब जी ने अतवाद के विरुद्ध वड्डे लैवल से आवाज़ उठाई सी, उन्होंने जिन्होंने गलत किया उन्होंने गलत नूं गलत कहा से। समय के नाल उन्हां लोकां नूं जिहड़े देश विरोधी ही उन्होंने वड्डे लैवल से फंडिंग भी हो रही आ, ते हुण भी उस दा हिसाब आ भी उन्होंने फंडिंग के तौर पर और जिहड़े देश हित दे विच लोग आवाज़ उठाउण वाले उन्होंने दबाउण बाबत इहो जिहियां फिल्मां बनाईयां जा रहियां। इस करके सानू आना पिया जी, सानू अपना पक्ष रखण बाबत जी। बाकी ਜਦੋਂ ਅਸੀਂ ਨਿਹੰਗ ਅਜੀਤ ਪੂਲਾ ਜੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਆ, ਮੈਂ ਕਹਾਂ ਕਿ ਸਾਨੂੰ ਨੈੱਟ ਤੇ ਪੜ੍ਹਨ ਨੂੰ ਮਿਲਦੀਆਂ ਨੇ, ਕਿ ਉਹ ਵਾਲਾ ਇਤਿਹਾਸ ਹੈ ਜਿਹੜਾ ਉਸ ਤੋਂ ਇਹ ਵੱਖ ਦਿਖਾਇਆ ਗਿਆ ਹੈ। ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਜੋ ਵੀ ਕੁਝ ਇਦਾਂ ਦਾ ਜ਼ਿਆਦਾ ਬਣਾ ਕੇ, ਭੈਣ ਜੀ ਮੈਂ ਤਾਂ ਆਪ ਜੀ ਨੂੰ ਪਹਿਲਾਂ ਕਿਹਾ ਵੀ ਸਾਨੂੰ ਸਾਡੇ ਜਥੇਦਾਰ ਸਾਹਿਬ ਜੀ ਨੂੰ ਬਦਨਾਮ ਕਰਨ ਬਾਬਤ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਔਰ ਕਈ ਕੁਝ ਜਿਹੜੇ ਦੇਸ਼ ਵਿਰੋਧੀ ਲੋਕ ਨੇ ਜਿਨ੍ਹਾਂ ਨੇ ਕੋਈ ਕਿਤਾਬਾਂ ਬਣਾਈਆਂ ਵਾ ਉਹਨਾਂ ਵੀ, ਔਰ ਜਿਹੜੇ ਕਾਤਲ ਆ ਪਹਿਲਾਂ ਇਹ ਵੀ ਮੀਡੀਆ ਦੇ ਵਿੱਚ ਆਮ ਉਹਨਾਂ ਦੀ ਇੰਟਰਵਿਊ, ਅਸੀਂ ਉਹਨਾਂ ਕਿਤਾਬਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਉਹਨਾਂ ਤੋਂ ਪੜ੍ਹਿਆ ਵੀ ਜਥੇਦਾਰ ਅਜੀਤ ਸਿੰਘ ਸਾਹਿਬ ਅਜੀਤ ਸਿੰਘ ਪੂਲਾ ਜੀ ਦੇ ਬਾਬਤ ਆਹ ਲਿਖਿਆ ਸੀ, ਔਰ ਉਹਨਾਂ ਨੇ ਜੇਲ੍ਹ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ, ਔਰ ਸਾਫ਼ ਹੀ ਬਾਅਦ 'ਚ ਇੰਨਾ ਪ੍ਰੈਸ਼ਰ ਬਣ ਉਹਨਾਂ ਲੋਕਾਂ ਦਾ ਗਵਾਹ ਟੋਟਲੀ ਮੁੱਕਰ ਗਏ ਤੋਂ ਬਰੀ ਹੋ ਗਏ ਆ, ਔਰ ਹੁਣ ਉਹ ਲਲਕਾਰੇ ਮਾਰਦੇ ਆ ਵੀ ਅਸੀਂ ਕਤਲ ਕੀਤਾ, ਕਿਉਂਕਿ ਉਹਨਾਂ ਨੂੰ ਇਹਦੇ ਨਾਂ 'ਤੇ ਉਹਨਾਂ ਦਾ ਬਿਜਨਸ ਆ ਵੱਡੇ ਲੈਵਲ 'ਤੇ ਚੱਲਦਾ, ਫੰਡਿੰਗ ਹੋ ਰਹੀ ਆ ਜੀ ਜਥੇਦਾਰ ਸਾਹਿਬ ਜੀ ਦੇ, ਅਤੇ ਇਹ ਉਹਨਾਂ ਦੀ ਕੋਸ਼ਿਸ਼ ਆ ਉਹਨਾਂ ਲੋਕਾਂ ਦੀ ਵੀ ਕੋਈ ਗਾਂ ਇਹ ਜੁਰਤੀ ਨਾ ਕਰੇ ਵੀ ਦੇਸ਼ ਦੀ ਗੱਲ ਕਰਨ ਵਾਲਾ ਕੋਈ ਗਾਂ ਉੱਠ ਨਾ ਸਕੇ, ਸਾਂਝੀ ਵਾਲਤਾ ਦੀ ਗੱਲ ਗਾਂ ਕਰਨ ਵਾਲਾ ਉੱਠ ਨਾ ਸਕੇ। ਉਹਨਾਂ ਦੇ ਵਿੱਚ ਇਹ ਵੀ ਕਿਤਾਬਾਂ ਦੇ ਵਿੱਚ ਦੱਸਿਆ ਗਿਆ ਵੀ ਇਹ ਹਿੰਦੂਆਂ ਦਾ ਚੇਤਾ ਸੀ, ਉਹ ਹੁਣ ਉਹ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਪਤਾ ਨਹੀਂ ਇੱਕ ਪਾਸੇ ਸਾਨੂੰ ਸਾਡੇ ਜਿਹੜੇ ਜਿਹੜਾ ਧਰਮ ਆ ਧਰਮ ਤਾਂ ਨਫ਼ਰਤ ਸਿਖਾਉਂਦਾ ਨਹੀਂ ਗਾ, ਅਸੀਂ ਤਾਂ ਕਹਿੰਦੇ ਹਿੰਦੂ ਸਿੱਖ ਸਾਰੇ ਬਾਬਤ ਇੱਕ ਦੀ ਗੱਲ ਕਰਦੇ ਹਾਂ, ਗੁਰੂਆਂ ਨੇ ਵੀ ਸਿਖਾਇਆ, ਪਰ ਜਿਹੜੇ ਪਾੜ ਕੇ ਜਿਹੜੇ ਦੇਸ਼ ਦੇ ਵਿਰੋਧੀ ਲੋਕ ਨੇ ਉਹ ਕਈ ਕੁਝ ਬਣਾਉਂਦੇ ਤਾਂ ਬਣਾਇਆ ਗਿਆ ਜੀ ਬਾਬਾ ਜੀ ਦੇ। ਜਿੱਥੋਂ ਤੱਕ ਅਸੀਂ ਵੀ ਉਹਦਾ ਇਤਿਹਾਸ ਪੜ੍ਹਿਆ ਅਤੇ ਉਹਦੇ ਵਿੱਚ ਆ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਭਾਈ ਜਟਾਣਾ ਦੇ ਪਰਿਵਾਰ ਨੂੰ ਪੂਲਾ ਜੀ ਦੇ ਵੱਲੋਂ ਸਾੜ ਕੇ ਮਾਰਿਆ ਗਿਆ ਸੀ, ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਉਦੋਂ ਬਾਅਦ ਹੀ ਉਹਨਾਂ ਦਾ ਜੇਲ੍ਹ ਦੇ ਵਿੱਚ ਇਸ ਤਰੀਕੇ ਕਤਲ ਹੋਇਆ? ਬਿਲਕੁਲ ਨਹੀਂ ਜੀ, ਕਿਤੇ ਕੋਈ ਸਾਬਤ ਨਹੀਂ ਗਾ, ਔਰ ਸਗੋਂ ਉਸ ਤੋਂ ਬਾਅਦ ਕਈ ਕੁਝ ਬਣਾਇਆ ਜਾਊਗਾ। ਇੱਕ ਦਿਨ ਜਿਹੜੀ ਪਹਿਲੀ ਕੋਈ ਇੰਟਰਵਿਊ ਕੋਈ ਚੈਨਲ ਵਾਲਾ ਲੈ ਕੇ ਆਇਆ, ਔਰ ਉੱਥੇ ਕੋਈ ਸਿੰਘ ਸਾਹਿਬਾਨ ਕੋਈ ਪਿੰਡ ਦਾ ਸਿੱਖ ਗ੍ਰੰਥੀ ਸਾਹਿਬਾਨ ਆ, ਉਹ ਦੱਸ ਰਿਹਾ ਵੀ ਉਹ ਕਹਿ ਰਿਹਾ ਵੀ ਦੋ ਗੱਡੀਆਂ ਪੁਲਿਸ ਦੀਆਂ ਸੀ, ਨਿਹੰਗ ਸਿੰਘ ਹੈ ਹੀ ਨਹੀਂ। ਹੁਣ ਸਾਨੂੰ ਪਤਾ ਨਹੀਂ ਕਿ ਇਧਰਲੇ ਇਸ ਪਾਸੇ ਪੁਲਿਸ ਵੱਲੋਂ ਵੀ ਜਾਪਦਾ ਵੀ ਇੱਕ ਆਪਣੇ ਤੋਂ ਝਾੜ ਕੇ ਵੀ ਇਹਨਾਂ ਨਿਹੰਗਾ ਸਿੰਘਾਂ ਨੂੰ ਬਦਨਾਮ ਕਰਨ ਬਾਬਤ, ਅਤੇ ਦੂਸਰੇ ਪਾਸੇ ਜਿਹੜੇ ਲੋਕ ਦੇਸ਼ ਦੇ ਵਿਰੋਧੀ ਆ ਉਹ ਚਾਹੁੰਦੇ ਆ ਵੀ ਕਦੇ ਵੀ ਕੋਈ ਦੇਸ਼ ਦੀ
गल ना कर सके बनाया जा रहा जी उहदे विच बिल्कुल निगाह बाबा जी ने कोई ऐसा निगाह किया। हाँ गलत नूं गलत किया जिहड़े देश विरोधी उहनां नूं कहा वी बाज आ जाओ ना करो इह काम। असीं ना फिल्म बनाउण वालिआं नाल वी गल कीती, साडी उस टीम नाल वी गल होई, उहनां दा कहिणा कि असीं अजिहा कोई वी करैक्टर नहीं गढ़िआ, सारा कुछ काल्पनिक आ ते साडे वल्लों जो उस टाइम दा दौर सीगा सिर्फ उसनूं दिखाउण दी कोशिश कीती गई। तुसीं आप मन रहे हो कि उह अजीत सिंह पूला दे वल्लों कीता गिआ सी तां तुसीं हाई कोर्ट पहुंचे हो? अज मुकर रहे आ जी, पर साडे पहरावे ते अटैक आ जी, और ट्रेलर च लिखिआ जी साडे पहरावे ते अटैक आ जी, साडे बाणे ते धार्मिक पहरावे ते साडे अटैक आ जी, साडे पहरावे नूं धर्म के तौर पर बदनाम किया जा रहा है, बड़ा वड्डा अटैक है, ये बाबत साडा हक बनता है जी। आप एक बार वकील गौरव जी नाल भी गल कर लें, अज हियरिंग से इस केस की, तो की कुछ रहा है? मैडम मैनू तो यह लगता है कि केस पान दे नाल ही हाले उहदा फैसला तो मानयोग अदालत वालों आना है, जिहड़ा स्टे लगेगा या नहीं लगेगा, फिल्म बैन होएगी या नहीं होएगी, वह तो मानयोग अदालत की मर्जी है जो बैन सुनने तो बाद, क्योंकि वकीलों की हड़ताल सी, अज केंद्र सरकार के वकील भी नहीं पेश हो पाए तो असी भी आपकी बहस नहीं कर सकते सीगे। लेकिन साड़ी सोचते हैं कि पहले नंबर पर जित है जो उन्होंने जेडे राइटर ने प्रोड्यूसर ने उन्होंने ट्रेलर के थले हैडलाइन दी कि यह फिल्म सच्चिया घटनावां ते आधारित है, ये ट्रेलर के विच लिखिया, और वो जो ये बंदा यह गल लिख लिया भी सच्चिया घटनावां ते आधारित है, तो जिहड़े बंदे दा कतल होया वो जो एफ आई आर दे विच लिखिया है सेम हू बहू कापी उहदे च दिखाई जा रही है, जिहड़े बंदे दा कतल कीता सेम हू बहू उहदा पहरावा दिखाया जा रहा है, तो अज वो उहनां नूं स्टैंड बदलना पै गया। ये जिहड़ा स्टैंड बदलिया उन्होंने कि वह किसी जिंदा व्यक्ति दे नाल उहदा संबंध नहीं सीगा, असीं इस नूं एक बहुत वड्डी जित समझदे हाँ कि भी कम से कम वह इस चीज़ तो पिछे हट के कि भी हाँ जी इन्हां दे नाल कोई संबंध नहीं। हाँ जे ये पहला ही डिस्कलेमर दे दिंदे इस चीज़ का कि इन्हां सच्चियां घटनावां दे नाल या किसी भी जीवित या मृत व्यक्ति दे नाल कोई संबंध नहीं है, तो फिर सानूं शायद रिट पाउण दी लोड़ ही ना पैंदी। असीं अज अदालत च क्यों खड़े हाँ? क्योंकि इन्हां ने कानून की दुरवरतों की, इन्हां ने लिखिया कि यह सच्चियां घटनावां ते आधारित है, ये ना लिखते असीं ये चीज़ ते ना आंदे। दूजी गल मैडम मैं बहुत जरूरी दसना चाहना तुहानू, आह तुसीं देख रहे होवोगे जी भी निहंग सिंह जी हैगे है, तो इन्हां दे जिहड़ा पग बन्नी है इहनूं दुमाला साहिब कहिंदे है, तो इत्थे फरला साहिब एक छड्डिया जांदा है, ये एक कमांडर का रैंक है, जिहड़ा कमांडर का रैंक है सिर्फ उही फरला रख सकता है, दूजा बंदा नहीं रख सकता। उन्होंने जिहड़ा करैक्टर दिखाया है वह एवें फरला रख्या होया, उन्होंने एक बड़ा मान सम्मान वाला अहुदा है जिहड़ा कि पूरे जत्थेबंदी रल के होर जत्थेबंदियां जिहड़ियां निहंग सिंह जत्थेबंदियां ने वो अपरूवल दिंदियां ने तां वो फरले की इजाजत मिलती है, बहुत मेजर चीज़ है, निहंग सिंह किसी को भी तुसीं पुछ लोगे जत्थेबंदियां दे विच बहुत वड्डी चीज़ है, इह उह शरेआम उसनूं ओपनली उहदी बदनामी कर रहे हैं। सो इह इकल्ला एक बंदे दे नाल नहीं, पूरी दी पूरियां जिहड़ियां लोग निहंग सिंघां दे रूप दे विच रहिंदे ने जिहड़े उहनां नूं फॉलो करदे ने पंथ नूं, इह उहनां दी वी बदनामी है। ਤੁਹਾਡੇ ਵੱਲੋਂ ਕੀ ਇੱਥੇ ਸਾਰਾ ਪਲਾਟ ਰੱਖਿਆ ਗਿਆ ਹੈ, ਕੀ ਅੱਜ ਬਹਿਸ ਹੋਈ ਹੈ ਤੇ ਅੱਗੋ ਜੱਜ ਸਾਹਿਬ ਦੇ ਵੱਲੋਂ ਕੀ ਟਿੱਪਣੀਆਂ ਕੀਤੀਆਂ ਗਈਆਂ ਨੇ? ਇਸ ਤਰ੍ਹਾਂ ਵੀ ਜੱਜ ਸਾਹਿਬ ਨੇ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਕਿ ਕਿਆ ਇਹ ਕ੍ਰੀਏਟਿਵ ਲਿਬਰਟੀ ਦੇ ਅੰਦਰ ਆਉਂਦਾ ਹੈ ਕਿ ਵੀ ਇੱਕ ਫਿਲਮਕਾਰ ਕੋਈ ਸਟੋਰੀ ਦੱਸਣਾ ਚਾਹੁੰਦਾ ਹੈ ਤੇ ਉਹਨੂੰ ਹੱਕ ਹੈ ਵੀ ਉਹ ਆਪਦੇ ਹਿਸਾਬ ਦੇ ਨਾਲ ਸਟੋਰੀ ਦੱਸ ਸਕੇ। ਸਾਡਾ ਇਤਰਾਜ਼ ਸੀਗਾ ਕਿ ਇਹ ਗੱਲ ਨਾ ਕਹਿਣ ਕਿ ਵੀ ਇਹ ਕਿਸੇ ਜੀਵਿਤ ਵਿਅਕਤੀ ਦੇ ਉੱਤੇ ਆਧਾਰਿਤ ਹੈ ਜਾਂ ਇਹ ਕਿਸੇ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ, ਜੇ ਇਹ ਕਾਲਪਨਿਕ ਫਿਲਮ ਹੈ ਤਾਂ ਇਹਨੂੰ ਕਾਲਪਨਿਕ ਦਿਖਾ ਦੇਣ, ਫਿਰ ਤਾਂ ਸੌ ਤਰ੍ਹਾਂ ਦੇ ਡਰਾਮੇ ਸੌ ਤਰ੍ਹਾਂ ਦੀਆਂ ਫਿਲਮਾਂ ਚੱਲਦੀਆਂ ਹੀ ਪਈਆਂ ਨੇ, ਤਾਂ ਉਸ ਵਾਸਤੇ ਫਿਰ ਜਿਹੜੀ ਤਕਨੀਕੀ ਬਹਿਸ ਹੋਣੀ ਹੈ ਉਹ ਫਿਰ ਹੁਣ ਅਗਲੀ ਤਰੀਕ 'ਤੇ ਜਦੋਂ ਕੇਂਦਰ ਸਰਕਾਰ ਨੇ ਵੀ ਜਵਾਬ ਦੇਣਾ, ਅਸੀਂ ਇਹਦੇ 'ਚ ਗ੍ਰਹਿ ਮੰਤਰਾਲਾ DGP DCA ਅਸੀਂ ਇਹਦੇ ਵਿੱਚ ਇਹ ਵੀ ਮੰਗ ਕੀਤੀ ਇਹ ਫਿਲਮ ਦੀ ਫੰਡਿੰਗ ਕਿੱਥੋਂ ਹੋਈ ਹੈ, ਕਿਉਂਕਿ ਇਸ ਫਿਲਮ ਦੀ ਫੰਡਿੰਗ ਬਾਰੇ ਕੋਈ ਰਿਕਾਰਡ ਨਹੀਂ ਹੈ ਕਿਤੇ ਵੀ ਅਵੇਲੇਬਲ ਵੀ ਇਹਨੂੰ ਫਾਈਨੈਂਸ ਕਿਹਨੇ ਕੀਤਾ ਫਿਲਮ ਨੂੰ, ਸਾਨੂੰ ਡਾਊਟ ਇਹ ਹੈ ਕਿ ਇਹ ਪੈਸਾ ਵੀ ਜਿਹੜਾ ਹੈ ਕੋਈ ਕਿਸੇ ਬਾਹਰਲੀਆਂ ਤਾਕਤਾਂ ਵੱਲੋਂ ਭੇਜਿਆ ਗਿਆ ਜੀ, ਅਤੇ ਇਹ ਇਹ ਜਿਹੜਾ ਜਵਾਬ ਨੇ ਸਾਨੂੰ ਇਹ 9 ਤਰੀਕ ਨੂੰ ਮਿਲਣਗੇ ਜੀ। ਤਾਂ ਫਿਲਮ ਮਸੰਦ ਨੂੰ ਲੈ ਕੇ ਪਹਿਲਾਂ ਹੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਕਾਫੀ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ, ਖੁਦ ਜਿਹੜੇ ਪਟੀਸ਼ਨਰ ਸੀਗੇ ਬਾਬਾ ਰਣਜੀਤ ਸਿੰਘ ਜੀ ਦੇ ਵੱਲੋਂ ਵੀ ਅੱਜ ਆਪਣਾ ਜਿਹੜਾ ਪੱਖ ਹੈਗਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖਿਆ ਗਿਆ ਹੈ, ਅਤੇ ਹੁਣ ਇਸ ਨੂੰ ਅਗਲੀ ਹੀਅਰਿੰਗ ਹੈ ਜਿਹੜੀ ਉਹ 9 ਨਵੰਬਰ ਦੀ ਰੱਖੀ ਗਈ ਹੈ, ਦੇਖਣਾ ਹੋਏਗਾ ਕਿ ਉਦੋਂ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ। ਵੀਡੀਓ ਜਰਨਲਿਸਟ ਸੋਨੀ ਦੇ ਨਾਲ ਦੈਨਿਕ ਸਵੇਰਾ TV ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ।